ਸਤਿਸ਼ਕਾਲ ਸਾਰਿਆਂ ਨੂੰ ਮੇਰਾ ਨਾਮ ਸਿਮਰਨ ਸੀਰਾ ਤੇ ਮੈਂ ਹੈਲਥ ਡਰੌਪਸ ਵੇਟ ਲੋਸ ਕੰਪੀਟੀਸ਼ਨ ਚ ਪਾਰਟਿਸਿਪੇਟ ਕੀਤਾ ਸੀ ਤੇ ਮੈਂ 42 ਡੇਜ਼ ਦੇ ਵਿੱਚ 9.5 ਕੇਜੀ ਲੂਜ਼ ਕੀਤਾ ਮੇਰੇ ਹਸਬੈਂਡ ਨੇ ਐਕਚੁਅਲੀ ਪਹਿਲਾਂ ਯੂਜ਼ ਕੀਤੀ ਸੀਗੀ ਹੈਲਥ ਡਰੌਪਸ ਤੇ ਇਹਨਾਂ ਨੇ ਵੀ ਕਾਫੀ ਵੇਟ ਲੂਜ਼ ਕੀਤਾ ਸੀ ਮੋਰ ਦੈਨ 10 ਕੇਜੀ ਤੇ ਹਾਂਜੀ ਰੇਡੀਓ ਤੇ ਵੀ ਮੈਂ ਬੜਾ ਇਹਨਾਂ ਦੀ ਐਡ ਸੁਣਦੀ ਰਹਿੰਦੀ ਤੇ ਮੈਨੂੰ ਬੜੀ ਮੋਟੀਵੇਸ਼ਨ ਮਿਲੀ ਸੀ ਤੇ ਇਸ ਕਰਕੇ ਫਿਰ ਮੈਂ ਵੀ ਪਾਰਟਿਸਿਪੇਟ ਕਰ ਲਿਆ ਤੇ ਮੈਂ ਬਹੁਤ ਜ਼ਿਆਦਾ ਮਤਲਬ ਰੈਕਮੈਂਡ ਕਰਦੀ ਹਾਂ ਕਿਉਂਕਿ ਬਹੁਤ ਜ਼ਿਆਦਾ ਵਧੀਆ ਚੀਜ਼ ਆ ਐਕਚੁਅਲੀ ਜਿਵੇਂ ਆਪਾਂ ਕਹੀਏ ਡਾਈਟ ਕਰਨੀ ਆ ਤਾਂ ਬੜਾ ਹਾਰਡ ਹੁੰਦਾ ਪਰ ਹੈਲਥ ਡਰੌਪਸ ਦੇ ਨਾਲ ਈਜ਼ੀ ਰਹਿੰਦਾ ਕਿਉਂਕਿ ਅਸੀਂ ਖਾ ਵੀ ਸਕਦੇ ਹਾਂ ਕਾਫੀ ਸਾਰੀਆਂ ਵੈਜੀਟੇਬਲਸ ਜੋ ਵੀ ਮਤਲਬ ਕੋਈ ਜ਼ਿਆਦਾ ਡਾਈਟ ਨਹੀਂ ਹੈਗੀ ਅਤੇ ਬਹੁਤ ਵਧੀਆ ਹੈ ਮੈਂ ਆਲਰੇਡੀ ਆਪਣੀ ਫਰੈਂਡ ਨੂੰ ਰੈਕਮੈਂਡ ਵੀ ਕਰ ਦਿੱਤਾ ਅਤੇ ਉਹਨੇ ਬਾਏ ਵੀ ਕਰ ਚੁੱਕੀ ਆ ਥੈਂਕ ਯੂ